ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹਾ ਤੋਂ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਯੂਕੇ ਸਟੱਡੀ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟੈਸਟ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਔਰ ਅਗਰ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕਮੈਂਟ ਕਰ ਸਕਦੇ ਹੋ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਯੂਕੇ ਇਸ ਟਾਈਮ ਬਹੁਤ ਹੀ ਜ਼ਿਆਦਾ ਫਲੈਕਸੀਬਲ ਹੋ ਰਿਹਾ ਵਾ ਆਪਣੀਆਂ ਰਿਕੁਆਇਰਮੈਂਟਸ ਨੂੰ ਲੈ ਕੇ, ਕ੍ਰਾਈਟੀਰੀਆ ਨੂੰ ਲੈ ਕੇ। ਸੋ ਉਹ ਯੂਨੀਵਰਸਿਟੀਜ਼ ਜਿਹੜੀਆਂ ਪਹਿਲੇ ਪੰਜਾਬ ਬੋਰਡ ਔਰ ਹਰਿਆਣਾ ਬੋਰਡ ਦੇ ਸਟੂਡੈਂਟਸ ਨੂੰ ਵਿਦਆਊਟ ਆਇਲਸ ਅਸੈਪਟ ਨਹੀਂ ਕਰਦੀਆਂ ਸੀਗੀਆਂ, ਉਹ ਵੀ ਹੁਣ ਸਟਾਰਟ ਹੋ ਗਿਆ। ਮੈਂ ਲਾਸਟ ਸ਼ੋਅ ਕੀਤਾ ਸੀਗਾ, ਆਫਟਰ ਦੈਟ ਪਰਸੈਂਟੇਜ ਨੂੰ ਲੈ ਕੇ ਗੱਲ ਕਰੀਏ ਤਾਂ ਅੱਗੇ 55% 'ਤੇ ਹੀ ਗ੍ਰੈਜੂਏਸ਼ਨ ਸਟੂਡੈਂਟ ਜਿਹੜਾ ਮਾਸਟਰ ਪ੍ਰੋਗਰਾਮ ਲਈ ਜਾਂਦਾ ਸੀ ਉਹ ਅਸੈਪਟੇਬਲ ਸੀਗਾ, ਬਟ ਹੁਣ 45-50 'ਤੇ ਵੀ ਕਾਫੀ ਯੂਨੀਵਰਸਿਟੀਜ਼ ਹੈਗੀਆਂ ਵਾ। ਸੋ ਅੱਜ ਮੈਂ ਹੋਰ ਯੂਨੀਵਰਸਿਟੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ, ਲੀਡਸ ਆਰਟ ਯੂਨੀਵਰਸਿਟੀ। ਇਹਦੇ ਕੀ ਬੈਨੀਫਿਟਸ ਹੈਗੇ, ਸਪਟੈਂਬਰ ਇਨਟੇਕ ਲਈ ਓਪਨ ਹੋ ਚੁੱਕਾ ਵਾ। ਸਭ ਤੋਂ ਮੇਨ ਬੈਨੀਫਿਟ ਕੀ ਹੈਗਾ ਕਿ ਇਹਦੀ ਇੰਟਰਵਿਊ ਨਹੀਂ ਆਉਂਦੀ। ਹਡਰਸਫੀਲਡ ਇੱਕ ਇੱਦਾਂ ਦੀ ਯੂਨੀਵਰਸਿਟੀ ਸੀ ਜਿਹ 'ਚ ਇੰਟਰਵਿਊ ਨਹੀਂ ਆਉਂਦੀ। ਇੱਕ ਮੈਂ ਅੱਜ ਹੋਰ ਤੁਹਾਨੂੰ ਯੂਨੀਵਰਸਿਟੀ ਦੱਸਦੀ ਆ ਕਿ ਇਹਦੇ ਵਿੱਚ ਇੰਟਰਵਿਊ, ਨੋ ਡਾਊਟ ਇੰਟਰਵਿਊ ਕੋਈ ਵੀ ਰੈਂਡਮਲੀ ਤਾਂ ਆ ਸਕਦੀ ਹੈ, ਵੈਸੇ ਇਸ ਯੂਨੀਵਰਸਿਟੀ ਦੇ ਵਿੱਚ ਇੰਟਰਵਿਊ ਨਹੀਂ ਆਉਂਦੀ ਆ। ਉਹ ਤੋਂ ਇਲਾਵਾ ਇਹਦੇ ਕੀ ਬੈਨੀਫਿਟਸ ਹੈਗੇ ਆ, ਯੂ ਜੀ ਪ੍ਰੋਗਰਾਮ ਲਈ ਕੀ ਰਿਕੁਆਇਰਮੈਂਟ ਹੈਗੀ ਆ, ਤੁਹਾਡੇ ਅਕਾਡੈਮਿਕ 70% ਹੋਣੇ ਚਾਹੀਦੇ ਆ, ਆਇਲਸ ਦੀ ਇਹਦੀ ਬਹੁਤ ਅੱਛੀ ਕੰਡੀਸ਼ਨ ਆ 5.5, not less than 5.5, and PT 59, not less than 59, aur IELTS da waiver sariyan boards li hegiyan, aur english ch kinne marks hone chahide hai tade 65। ek hor university da noon main dasdi ha, haryana punjab boards vaste jinna da english waiver 65 hega va। oh to baad apa pg di gal karde ha, pg li academic 55, IELTS 6.5, not less than 5.5, PT 59, and ਇਹਦੇ ਵਿੱਚ ਵੀ ਸਾਰੀਆਂ ਬੋਰਡਸ ਲਈ ਵੇਵੀਅਰ ਹੈਗਾ ਵਾ, ਬਟ ਇੰਗਲਿਸ਼ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਉਹ 70% ਹੈਗੀ ਆ। ਦੈਨ ਅਗਰ ਆਪਾਂ ਫੀਸ ਦੀ ਗੱਲ ਕਰੀਏ, 17.5 to 18.5 GBP ਫੀਸ ਹੈਗੀ ਆ, ਐਂਡ ਆਫਟਰ ਦੈਟ ਜਿਹੜੇ ਕੋਰਸਿਸ ਹੈਗੇ ਆ, ਬੀ ਏ ਮਾਰਕੀਟਿੰਗ ਕਮਿਊਨੀਕੇਸ਼ਨ ਹੈਗੀ ਆ, ਔਰ ਬੀ ਏ ਫੈਸ਼ਨ ਮਾਰਕੀਟਿੰਗ ਹੈਗੀ ਆ। ਸੋ ਮੋਰ ਡਿਟੇਲਸ ਲਈ ਟੀਮ ਨੂੰ ਲਿੰਕ ਕਰ ਸਕਦੇ ਹੋ, ਤੁਸੀਂ ਆਪਣੀ ਯੂਕੇ ਦੀ ਐਪਲੀਕੇਸ਼ਨ ਫਰੀ ਆਫ ਕੋਸਟ ਅਸੈਸਮੈਂਟ ਸਾਡੇ ਤੋਂ ਕਰਵਾ ਸਕਦੇ ਹੋ। ਔਰ ਸਭ ਤੋਂ ਮੇਨ ਬੈਨੀਫਿਟ ਕੀ ਹੈਗਾ ਕਿ ਅਗਰ ਤੁਸੀਂ ਯੂਕੇ ਦੀ ਐਪਲੀਕੇਸ਼ਨ ਸਾਡੇ ਨਾਲ ਲਾਓਗੇ ਤਾਂ ਤੁਹਾਡੇ ਤੋਂ ਪੈਸੇ ਵੀਜ਼ੇ ਤੋਂ ਬਾਅਦ ਦਿੱਤੇ ਜਾਣਗੇ। ਸੋ ਬੁੱਕ ਯੂਰ ਕਾਲ ਐਟ ਦ ਵੀਜ਼ਾ ਆਫਿਸ 90410 90410। ਸਤਿ ਸ਼੍ਰੀ ਅਕਾਲ ਜੀ।